ਵੀ ਜੇ ਹਿਮਾਚਲ 'ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਅਤੇ ਪੰਜਾਬ ਕੋਈ ਸ਼ਾਮਲਾਟ ਹੈ ਵੀ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਇੱਥੇ ਜ਼ਮੀਨ ਖਰੀਦ ਲੈਂਦਾ। ਇੱਥੇ ਜਦੋਂ ਬਾਹਰੋਂ ਪ੍ਰਵਾਸ ਹੁੰਦਾ ਹੈ ਪੰਜਾਬ 'ਚ ਬਾਹਰੋਂ ਲੋਕ ਆਣ ਕੇ ਵੱਸਦੇ ਨੇ, ਸਾਡੀ ਬੋਲੀ ਨੂੰ ਤਬਾਹ ਕੀਤਾ ਜਾਂਦਾ, ਸਾਡੇ ਪਹਿਰਾਵੇ ਨੂੰ ਤਬਾਹ ਕੀਤਾ ਜਾਂਦਾ। ਇੱਕ ਪਾਸੇ ਕਹਿਣਾ ਸਿੱਖ ਆਜ਼ਾਦ ਨੇ, ਦੂਜੇ ਪਾਸੇ ਕਸ਼ਮੀਰ ਫਾਇਲਸ ਵਰਗੀਆਂ ਫਿਲਮਾਂ ਬਣਨ, ਹੈਂ, ਅਤੇ ਇੱਥੇ 84 ਵਰਗੀ ਕੋਈ ਫਿਲਮ ਬਣ ਜੇ, ਨਾਲ ਦੀ ਨਾਲ ਬੈਨ। ਪਾਲ ਸਿੰਘ ਜੀ ਉਹਨਾਂ ਸਿੰਘਾਂ ਨੂੰ ਸਨਮਾਨਿਤ ਕਰ ਰਹੇ ਹੈ। ਪੰਜਾਬ ਦੇ ਉੱਤੇ ਜਿਹੜੀਆਂ ਮੁਸ਼ਕਲਾਂ ਨੇ, ਅਸੀਂ ਨਾਅਰੇ ਦਿੱਤੇ ਵੀ ਪੰਜਾਬ 'ਚ ਪੰਜਾਬੀ ਵਸਣ, ਪੰਜਾਬ 'ਚ ਪੰਜਾਬੀ ਬੋਲੀ ਜਾਵੇ, ਪੰਜਾਬ 'ਚ ਪੰਜਾਬੀਆਂ ਨੂੰ ਕਾਰੋਬਾਰ ਮਿਲੇ, ਅਤੇ ਬਹੁਤ ਮੀਡੀਆ ਨੇ ਵੀ ਇਹਨੂੰ ਚੱਕ ਕੇ ਪ੍ਰਾਪੋਗੇਟ ਕੀਤਾ ਵੀ ਇਹ ਭਾਈ ਭੜਕਾਉਂਦੇ ਨੇ। ਮੈਂ ਕੱਲ੍ਹ ਇੱਕ ਬਿਆਨ ਦਿੱਤਾ ਸੀ ਪਰਸੋਂ ਵੀ ਜੇ ਹਿਮਾਚਲ 'ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਅਤੇ ਪੰਜਾਬ ਕੋਈ ਸ਼ਾਮਲਾਟ ਹੈ ਵੀ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਇੱਥੇ ਜ਼ਮੀਨ ਖਰੀਦ ਲੈਂਦਾ, ਉਹ ਕਹਿੰਦੇ ਵੀ ਤੁਸੀਂ ਕੈਨੇਡਾ ਜਾ ਕੇ ਲੈਂਦੇ ਜੋ। ਮੈਂ ਉਹਦਾ ਜਵਾਬ ਅੱਗੇ ਵੀ ਦਿੱਤਾ ਸੀ ਵੀ ਅਸੀਂ 30-35 ਰੁਪਏ ਦੀ ਟਿਕਟ ਲੈ ਕੇ ਕੈਨੇਡਾ ਨਹੀਂ ਜਾਂਦੇ, 35-40 ਲੱਖ ਲਾ ਕੇ ਜਾਂਦੇ ਹਾਂ, ਉੱਥੇ PR ਅਤੇ ਸਿਟੀਜ਼ਨਸ਼ਿਪ ਲੈਣ ਲਈ $2-4 ਲੱਖ ਟੈਕਸ ਭਰ ਦਿੰਦੇ ਹਾਂ, ਉਹ ਵੀ ਮੈਂ ਉਹਦੇ ਹੱਕ 'ਚ ਨਹੀਂ ਹੈਗਾ ਉੱਥੇ ਜਾਣ ਦੇ। ਪਰ ਮੈਂ ਗੱਲ ਕਹਿੰਦਾ ਵੀ ਦੋਵਾਂ ਚੀਜ਼ਾਂ ਨੂੰ ਰਲਾਉਣਾ ਨਹੀਂ ਚਾਹੀਦਾ, ਅਸੀਂ ਪੰਜਾਬ 'ਚ ਇੱਕ ਸੱਭਿਆਚਾਰ ਬਚਾਉਣ ਦੀ ਗੱਲ ਕਰਦੇ ਹਾਂ। ਇੱਥੇ ਜਦੋਂ ਬਾਹਰੋਂ ਪ੍ਰਵਾਸ ਹੁੰਦਾ ਹੈ ਪੰਜਾਬ 'ਚ, ਬਾਹਰੋਂ ਲੋਕ ਆਣ ਕੇ ਵੱਸਦੇ ਨੇ, ਸਾਡੀ ਬੋਲੀ ਨੂੰ ਤਬਾਹ ਕੀਤਾ ਜਾਂਦਾ, ਸਾਡੇ ਪਹਿਰਾਵੇ ਨੂੰ ਤਬਾਹ ਕੀਤਾ ਜਾਂਦਾ। ਜਿਹੜਾ ਤੰਬਾਕੂ ਹਰਾਮ ਹੈ, ਤੁਸੀਂ ਆ ਨਿਕਲਣਾ ਨਾ, ਇੱਕ ਕੰਮ ਕਰਕੇ ਜਾਇਓ, ਦਰਬਾਰ ਸਾਹਿਬ ਦੇ ਬਾਹਰ ਜਿਹੜੇ ਡਸਟਬੀਨ ਲੱਗੇ ਨੇ ਗਲਿਆਰੇ ਦੇ ਵਿੱਚ, ਉਹ ਚੈੱਕ ਕਰਿਓ। ਜੇ ਤੁਹਾਨੂੰ ਉੱਥੇ 20-30 ਤੰਬਾਕੂ ਦੀਆਂ ਪੁੜੀਆਂ ਨਾ ਲੱਭਣ, ਤਾਂ ਫਿਰ ਤੁਸੀਂ ਮੇਰਾ ਨਾਮ ਹਟਾ ਦਿਓ ਆਣ ਕੇ ਵੀ ਤੂੰ ਝੂਠ ਬੋਲਦਾ। ਅਤੇ ਜੇ ਲੱਭਦੀਆਂ ਨੇ ਤਾਂ ਤੁਸੀਂ ਦੱਸੋ ਵੀ ਇਹ ਕੌਣ ਲੈ ਕੇ ਆ ਰਿਹਾ, ਪੰਜਾਬੀ ਕਿਹੜੇ ਵੇਲੇ ਦੇ ਤੰਬਾਕੂ ਖਾਂਦੇ ਸੀ, ਜੇ ਖਾਣ ਲੱਗ ਪਏ ਤਾਂ ਕਿੰਨੇ ਲਾਏ ਆ। ਸਾਡੇ ਵਿਰੋਧ 'ਚ ਫਿਲਮਾਂ ਬਣਦੀਆਂ, ਉਹਨੂੰ ਰੁਕਵਾਉਣ ਲਈ ਸਿੱਖ ਧਰਨੇ ਲਾਉਂਦੇ ਆ, ਅਤੇ ਉਹ ਜਾਣ ਬੁੱਝ ਕੇ ਰਿਲੀਜ਼ ਕੀਤੀ ਜਾਂਦੀਆਂ ਸਿਨੇਮਿਆਂ ਦੇ ਅੱਗੇ ਸਿਕਿਉਰਟੀਆਂ ਲਾ ਕੇ। ਕੋਈ ਨੌਜਵਾਨ ਉੱਠ ਕੇ ਸਿੱਖਾਂ ਦੇ ਹੱਕ 'ਚ ਕੋਈ ਫਿਲਮ ਬਣਾਉਂਦਾ ਅਤੇ ਉੱਥੇ ਹੁੰਦਾ ਕੀ ਹੈ ਵੀ ਉੱਥੇ ਨੌਜਵਾਨ 'ਤੇ FIR ਕਰ ਦਿੱਤੀ ਜਾਂਦੀ ਜਿਹੜਾ ਬਣਾ ਰਿਹਾ, ਫਿਲਮਾਂ ਨੂੰ ਬੈਨ ਕਰ ਦਿੱਤਾ ਜਾਂਦਾ। ਮੈਂ ਕੋਈ ਬਹੁਤੇ ਗੀਤ ਸੁਣਦਾ ਨਹੀਂ, ਗੀਤਾਂ ਨੂੰ ਬੈਨ ਕਰ ਦਿੱਤਾ ਜਾਂਦਾ। ਹੁਣ ਇਹ ਸਵਾਲ ਇਹ ਹੈ ਵੀ ਇੱਕ ਪਾਸੇ ਕਹਿਣਾ ਸਿੱਖ ਆਜ਼ਾਦ ਨੇ, ਦੂਜੇ ਪਾਸੇ ਕਸ਼ਮੀਰ ਫਾਇਲਸ ਵਰਗੀਆਂ ਫਿਲਮਾਂ ਬਣਨ, ਹੈਂ, ਅਤੇ ਇੱਥੇ 84 ਵਰਗੀ ਕੋਈ ਫਿਲਮ ਬਣ ਜੇ, ਨਾਲ ਦੀ ਨਾਲ ਬੈਨ।